ਹਮਦਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਜੀਵਨ ਜਾਂਚ ਦੇ ਵਿੱਚ ਨਿੱਘਾ ਸਵਾਗਤ। ਸਤਸੰਗਤ ਜੀ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਆਪ ਜੀ ਦੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਗੁਰਮਤ ਦੇ ਖੇਤਰ ਵਿੱਚ ਮਹਾਨ ਸੇਵਾਵਾਂ ਨਿਭਾਈਆਂ ਹੁੰਦੀਆਂ ਨੇ। ਅੱਜ ਮੈਨੂੰ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਸਾਡੇ ਅੱਜ ਹਮਦਰ ਟੀਵੀ ਦੇ ਸਟੂਡੀਓ ਦੇ ਵਿੱਚ ਉਹ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਨੇ ਸੈਂਕੜੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ, ਸਿੱਖ ਇਤਿਹਾਸ, ਗੁਰਬਾਣੀ ਕੀਰਤਨ ਅਤੇ ਗੁਰਬਾਣੀ ਪੜ੍ਹਨ ਦੀ ਸਿੱਖਿਆ ਦਿੱਤੀ ਹੈ ਕੈਨੇਡਾ ਦੀ ਧਰਤੀ 'ਤੇ। ਮੇਰੀ ਮੁਰਾਦ ਹੈ ਸਿੱਖ ਇਤਿਹਾਸ ਦੇ ਵਿੱਚ ਮਹਾਨ ਸੇਵਾਵਾਂ ਨਿਭਾਉਣ ਵਾਲੇ, ਸਿੱਖ ਕੌਮ ਦੇ ਵਾਸਤੇ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਵੀਰ ਸਰਦਾਰ ਹਰਮਨਪ੍ਰੀਤ ਸਿੰਘ ਜੀ, ਜੋ ਕਿ ਪ੍ਰਿੰਸੀਪਲ ਨੇ ਓਨਟਾਰੀਓ ਖਾਲਸਾ ਦਰਬਾਰ ਗੁਰਮਤਿ ਅਕੈਡਮੀ ਦੇ ਵਿੱਚ, ਅਤੇ ਨਾਲ ਹੀ ਵੀਰ ਜੀ ਹੋਰਾਂ ਦੇ ਪਹੁੰਚੇ ਹੋਏ ਨੇ ਭੈਣ ਅਮਨਦੀਪ ਕੌਰ ਜੀ ਗਿੱਲ ਸਾਹਿਬ, ਜੋ ਕਿ ਟੀਚਰ ਨੇ ਓਨਟਾਰੀਓ ਖਾਲਸਾ ਦਰਬਾਰ ਗੁਰਮਤਿ ਅਕੈਡਮੀ ਦੇ ਵਿੱਚ। ਔਰ ਇਹਨਾਂ ਦਾ ਸਭ ਤੋਂ ਪਹਿਲੇ ਤਾਂ ਅਸੀਂ ਆਪਣੇ ਸਟੂਡੀਓ ਦੇ ਵਿੱਚ ਕਰਦੇ ਹਾਂ ਤਹਿ ਦਿਲ ਤੋਂ ਜੀ ਆਇਆਂ ਅਤੇ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੀਆਂ ਸੇਵਾਵਾਂ ਹੈ ਕਿਉਂਕਿ ਸਭ ਤੋਂ ਪਹਿਲੀ ਗੱਲ ਇੱਕ ਟੀਚਰ ਹੋਣਾ ਹੀ ਇੱਕ ਇਨਸਾਨ ਦੇ ਵਾਸਤੇ ਜ਼ਿੰਦਗੀ 'ਚ ਸਭ ਤੋਂ ਜਿਹੜਾ ਵਾ ਉਹ ਗੌਰਵਮਈ ਮੰਨਿਆ ਜਾਂਦਾ, ਅਤੇ ਫਿਰ ਦੂਸਰਾ ਉਹ ਟੀਚਰ ਵੀ ਹੋਵੇ, ਪ੍ਰਿੰਸੀਪਲ ਵੀ ਹੋਵੇ, ਉਹ ਵੀ ਗੁਰਮਤਿ ਦਾ, ਇਹ ਤਾਂ ਹੋਰ ਜ਼ਿਆਦਾ ਚੰਗੀ ਗੱਲ ਹੈ। ਇਸ ਲਈ ਤੁਸੀਂ ਬੜੇ ਵਧੀਆ ਇਸ ਸੇਵਾ ਦੇ ਵਿੱਚ ਲੱਗੇ ਹੋਏ ਹੋ, ਅਤੇ ਮੈਂ ਸਭ ਤੋਂ ਪਹਿਲੇ ਇਹੀ ਜਾਣਨਾ ਚਾਹਾਂਗਾ ਵੀਰ ਜੀ ਕਿ ਤੁਸੀਂ ਕਿਵੇਂ ਇਸ ਸੇਵਾ ਦੇ ਵਿੱਚ ਹੈ ਜਿਹੜਾ ਉਹ ਜੁੜੇ, ਅਤੇ ਕਿਸ ਤਰ੍ਹਾਂ ਇਹ ਲਗਨ ਤੁਹਾਡੇ ਅੰਦਰ ਪੈਦਾ ਹੋਈ ਕਿ ਬੱਚਿਆਂ ਨੂੰ ਵੀ ਗੁਰਮਤਿ ਵਿੱਦਿਆ ਦਿੱਤੀ ਜਾਵੇ ਅਤੇ ਐਸੇ ਸਕੂਲ ਦੀ ਔਰਗੇਨਾਈਜੇਸ਼ਨ ਕਰਨ ਦਾ ਕਿਵੇਂ ਸੁਭਾਗ ਬਣਿਆ? ਪਹਿਲੇ ਤਾਂ ਵੀਰ ਜੀ ਬਹੁਤ ਧੰਨਵਾਦ ਸਾਨੂੰ ਹੋਸਟ ਕਰਨ ਦਾ, ਅਤੇ ਇਹ ਜਿਹੜਾ ਤੁਹਾਡਾ ਸਵਾਲ ਸੀਗਾ ਇਹਦੇ ਦੋ ਕਹਿ ਲਓ ਕਿ ਮੇਨ ਮੇਰੇ ਮਨ ਵਿੱਚ ਆਉਂਦੇ ਨੇ ਫੈਕਟਰ। ਇੱਕ ਤਾਂ ਕਹਿ ਲਓ ਮੇਰਾ ਬਚਪਨ, ਇਸੇ ਤਰ੍ਹਾਂ ਮੈਂ ਆਪ ਹੀ ਇੱਦਾਂ ਦੇ ਵੱਧ ਤੋਂ ਵੱਧ ਕੈਂਪਸ ਅਟੈਂਡ ਕੀਤੇ ਨੇ ਜੀ, ਕਲਾਸਾਂ ਲਾਈਆਂ ਨੇ ਜਿੰਨਾ ਕਰ ਸਕਦੇ ਸੀ। ਉਸ ਟਾਈਮ ਦਾ ਮਾਹੌਲ ਕੁਛ ਹੋਰ ਸੀਗਾ, 80s ਵਿੱਚ 90s ਵਿੱਚ ਇੰਨੇ ਜ਼ਿਆਦਾ ਪ੍ਰੋਗਰਾਮ ਨਹੀਂ ਸੀਗੇ ਜੀ, ਪਰ ਜਿੱਥੇ ਕੋਈ ਮੌਕਾ ਮਿਲਦਾ ਸੀ ਹਮੇਸ਼ਾ ਮੇਰੇ ਪੇਰੈਂਟਸ ਮੈਨੂੰ ਇੱਦਾਂ ਦੇ ਕੈਂਪਾਂ ਵਿੱਚ ਰਜਿਸਟਰ ਕਰਾਉਂਦੇ ਸੀ, ਮੈਂ ਭਾਗ ਲੈਂਦਾ ਸੀ ਉਹਦੇ ਵਿੱਚ। ਦੂਜਾ ਫੈਕਟਰ ਹੈ ਕਿ ਆਪਣੇ ਕਹਿ ਲਓ ਕਿ ਕੁਦਰਤੀ, ਜਿਵੇਂ ਮਹਾਰਾਜ ਨੇ ਕੁਛ ਕਰਨਾ ਹੁੰਦਾ ਹੈ, ਸੇਵਾ ਲਾਉਣੀ ਹੁੰਦੀ ਹੈ, ਅਤੇ ਇੱਕ ਦਿਨ ਮੈਂ ਗੁਰਦੁਆਰੇ ਗਿਆ ਅਤੇ ਜਿਹੜੇ ਗੁਰਦੁਆਰੇ ਗਿਆ ਸੀਗਾ ਉਹ ਆਪਣੇ ਕਮੇਟੀ ਥੋੜ੍ਹੇ ਯੰਗ ਸੀਗੇ ਜੀ, ਅਤੇ ਉਹ ਕਹਿੰਦੇ ਸਾਨੂੰ ਲੱਗਦਾ ਕਿ ਬੱਚਿਆਂ ਨਾਲ ਕੋਈ ਉਹ ਆਪਣਾ ਨਾ ਕਨੈਕਸ਼ਨ ਨਹੀਂ ਬਣ ਰਿਹਾ। ਹਾਂਜੀ, ਅਤੇ ਉਹਨਾਂ ਨੇ ਫਿਰ ਮੈਨੂੰ ਬੇਨਤੀ ਕੀਤੀ, ਕਹਿੰਦੇ ਕਿ ਇਹ ਪਲੀਜ਼ ਇਹ ਤੁਸੀਂ ਕੰਮ ਸ਼ੁਰੂ ਕਰੋ ਕਲਾਸਾਂ ਲਾਉਣ ਦਾ। ਫਿਰ ਮੈਂ ਦੱਸਿਆ, ਮੈਂ ਕਿਹਾ ਮੇਰਾ ਇਹ ਪ੍ਰੋਫੈਸ਼ਨ ਨਹੀਂ ਹੈਗਾ। ਉਹ ਕਹਿੰਦੇ ਕੋਈ ਨਾ, ਤੁਸੀਂ ਆਪਣੀ ਕੋਸ਼ਿਸ਼ ਕਰੋ, ਅੱਗੇ ਮਹਾਰਾਜ ਕਿਰਪਾ ਕਰਨਗੇ। ਅਤੇ ਉਹ ਹੁਣ 30 ਸਾਲ ਪਹਿਲੇ ਦੀ ਗੱਲ ਹੈ, ਅਤੇ ਉਹ ਤੋਂ ਬਾਅਦ ਫਿਰ ਕਾਫੀ ਕਿਰਪਾ ਹੋਈ ਅਤੇ ਤਜਰਬਾ ਕਹਿ ਲਓ ਕਿ ਕਰਕੇ ਬਹੁਤ ਕੁਛ ਸਿੱਖਿਆ। ਅਤੇ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਇਸ ਟਰੈਕ 'ਤੇ ਆ ਗਏ, ਬਿਲਕੁਲ ਮਹਾਰਾਜ ਨੇ ਲਾਈ ਰੱਖਿਆ। ਹਾਂ, ਉਹ ਜਿਵੇਂ ਕਹਿੰਦੇ ਆ ਨਾ, ਅਕੇਲੇ ਹੀ ਚੱਲੇ ਥੇ ਮੰਜ਼ਲੇ ਮਕਸੂਦ ਕੋ, ਲੋਕ ਮਿਲਤੇ ਗਏ ਕਾਰਵਾਂ ਬਣਤਾ ਗਿਆ। ਅੱਜ ਤਾਂ ਬਹੁਤ ਵੱਡਾ ਕਾਰਵਾਂ ਬਣਿਆ ਹੋਇਆ, ਉਸ ਕਾਰਵਾਂ ਦੀ ਗੱਲ ਅਸੀਂ ਅੱਗੇ ਕਰਾਂਗੇ। ਬਹੁਤ ਵੱਡਾ ਕਾਫਲਾ ਲੈ ਕੇ ਵੀਰ ਜੀ ਹੋਰੀ ਨਾਲ ਚੱਲ ਰਹੇ ਆ, ਅਤੇ ਮੈਂ ਭੈਣ ਜੀ ਅਮਨਦੀਪ ਜੀ ਤੁਹਾਡੇ ਤੋਂ ਵੀ ਇਹੀ ਸਵਾਲ ਪੁੱਛਣਾ ਚਾਹਾਂਗਾ ਕਿ ਤੁਸੀਂ ਗੁਰਮਤਿ ਅਕੈਡਮੀ ਦੇ ਨਾਲ ਕਿਵੇਂ ਜੁੜੇ ਅਤੇ ਕਿਸ ਤਰ੍ਹਾਂ ਤੁਹਾਡੇ ਅੰਦਰ ਇਸ ਦੀ ਜਿਹੜੀ ਆ ਪ੍ਰੇਰਨਾ ਜਾਂ ਇੰਸਪੀਰੇਸ਼ਨ ਪੈਦਾ ਹੋਈ ਕਿ ਮਿਲ ਕੇ ਸੇਵਾ ਕੀਤੀ ਜਾਏ ਅਤੇ ਆਪਣੇ ਬੱਚਿਆਂ ਨੂੰ ਜੋ ਕੈਨੇਡਾ ਦੀ ਧਰਤੀ 'ਤੇ ਪੰਜਾਬੀ ਅਤੇ ਗੁਰਮਤਿ ਨਾਲ ਜੋੜਿਆ ਜਾਏ?
ਹਾਂਜੀ, ਵੈਸੇ ਤੇ ਮੈਂ ਸਰ ਨਾਲ ਕੰਮ ਕਰ ਰਹੀ ਹਾਂ 2019 ਤੋਂ, ਤੇ ਹੁਣ ਅਸੀਂ ਕਰੋਨਾ ਤੋਂ ਬਾਅਦ ਓਕੇਡੀ ਦੇ ਵਿੱਚ ਆਪਾਂ ਪਹਿਲਾਂ ਸਮਰ ਕੈਂਪ ਕੀਤਾ ਸੀਗਾ ਇੱਥੇ, ਤੇ ਹਾਂਜੀ ਮੈਨੂੰ 5-6 ਸਾਲ ਹੋ ਗਏ ਸਰ ਨਾਲ ਕੰਮ ਕਰਦਿਆਂ ਨੂੰ, ਤੇ ਬੱਚਿਆਂ ਲਈ ਪੰਜਾਬੀ ਸਿੱਖਣੀ ਹਾਂਜੀ ਬਹੁਤ ਜ਼ਰੂਰੀ ਹੈ। ਕਿਉਂਕਿ ਉਹੀ ਗੱਲ ਹੈ ਨਾ ਕਿ ਜੇ ਸਾਡੇ ਬੱਚੇ ਪੰਜਾਬੀ ਹੀ ਨਹੀਂ ਜਾਣ ਪਾਉਣਗੇ ਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿਵੇਂ ਜੁੜ ਪਾਉਣਗੇ? ਹਾਂਜੀ, ਫਿਰ ਉਹ ਕੀਰਤਨ ਨਹੀਂ ਕਰ ਸਕਦੇ, ਬਾਣੀ ਨਹੀਂ ਪੜ ਸਕਦੇ। ਸੋ ਜੇ ਪੰਜਾਬੀ ਆਉਂਦੀ ਹੋਊਗੀ ਤਾਂ ਬੱਚੇ ਕੀਰਤਨ ਕਰ ਸਕਦੇ ਆ, ਗੁਰਬਾਣੀ ਪੜ ਸਕਦੇ ਆ, ਆਪਣੇ ਵਿਰਸੇ ਨਾਲ ਜੁੜ ਸਕਦੇ, ਵਿਰਸੇ ਨਾਲ ਜੁੜ ਸਕਦੇ ਆ। ਸੈਕੰਡ ਥਿੰਗ ਕਿ ਸਾਡੇ ਜੋ ਪੰਜਾਬ ਦੇ ਵਿੱਚ ਰਹਿਣ ਵਾਲੇ, ਇੰਡੀਆ 'ਚ ਰਹਿਣ ਵਾਲੇ ਪਰਿਵਾਰ ਨੇ, ਉਹਨਾਂ ਦੇ ਮਾਮੇ ਮਾਸੀਆਂ ਦਾਦੇ ਦਾਦੀਆਂ, ਉਹਨਾਂ ਦੇ ਨਾਲ ਵੀ ਕਮਿਊਨੀਕੇਟ ਕਰਨਾ ਤੇ ਪੰਜਾਬੀ ਚਾਹੀਦੀ ਹੈ, ਕਿਉਂਕਿ ਅਦਰਵਾਈਜ਼ ਇਹ ਬਹੁਤ ਮੁਸ਼ਕਲ ਹੋ ਜਾਂਦਾ। ਤੇ ਵੀਰ ਜੀ, ਮੈਂ ਹੁਣ ਇਹ ਆਪ ਜੀ ਤੋਂ ਪੁੱਛਣਾ ਚਾਹਾਂਗਾ ਕਿ ਤੁਸੀਂ ਜੋ ਗੁਰਮਤ ਅਕੈਡਮੀ ਆ, ਓਕੇਡੀ ਅਕੈਡਮੀ, ਇਹਦੇ ਕਿਸ ਤਰ੍ਹਾਂ ਮਤਲਬ ਕਿ ਸ਼ੁਰੂਆਤ ਹੁੰਦੀ ਹੈ ਤੇ ਕਿਸ ਤਰ੍ਹਾਂ ਤੁਸੀਂ ਇਸ ਅਕੈਡਮੀ ਦੇ ਵਿੱਚ ਜਿਹੜਾ ਉਹ ਆਉਂਦੇ ਹੋ ਤੇ ਇਹ ਸੇਵਾਵਾਂ ਚੱਲਦੀਆਂ ਨੇ, ਥੋੜ੍ਹਾ ਜਿਹਾ ਇਸ ਅਕੈਡਮੀ ਦੇ ਸਟਾਰਟਿੰਗ ਤੋਂ ਦੱਸੋ ਕਿ ਕਿਵੇਂ ਇਹ ਸਾਡਾ ਜਿਹੜਾ ਉਹ ਬਿਲਡਿੰਗ ਤਿਆਰ ਹੁੰਦਾ ਹੈ, ਦੱਸਾਂ। ਜ਼ਰੂਰ, ਹਾਂਜੀ, ਅਕੈਡਮੀ ਵੈਸੇ ਕਾਫੀ ਚਿਰ 30+ ਈਅਰਸ ਦਾ ਚੱਲਦਾ ਆ ਰਿਹਾ, 30 ਸਾਲ ਤੋਂ ਵੱਧ ਹੋ ਗਏ ਨੇ ਜੀ। ਤੇ ਕਈ ਵੱਖਰੇ ਵੱਖਰੇ ਪ੍ਰਿੰਸੀਪਲ ਸੀਗੇ, ਪਰ ਆਪਣੇ ਪੈਂਡੈਮਿਕ ਤੋਂ ਬਾਅਦ ਜਿਸ ਤਰ੍ਹਾਂ ਭੈਣ ਜੀ ਨੇ ਜ਼ਿਕਰ ਕੀਤਾ ਕਿ ਉਸ ਟਾਈਮ ਫਿਰ ਉਹ ਲੱਭ ਰਹੇ ਸੀ, ਕੋਈ ਕਹਿ ਲਓ ਕਿ ਰੀਸਟਾਰਟ ਕਰਨਾ ਚਾਹੁੰਦੇ ਸੀ, ਤੇ ਫਿਰ ਕਹਿੰਦੇ ਕਿ ਅਸੀਂ ਸ਼ੁਰੂ ਕਰੀਏ ਆਪਣਾ ਸਮਰ ਕੈਂਪ ਨਾਲ ਜੀ। ਉਹ 2 ਸਾਲ ਪਹਿਲੇ ਦੀ ਗੱਲ ਹੈ, ਅਤੇ ਇਸ ਸਾਲ ਹੁਣ 3ਜਾ ਹੈ, ਅਤੇ ਫਿਰ ਕੈਂਪ ਲਾ ਕੇ ਉਹ ਬਹੁਤ ਵਧੀਆ ਰਿਹਾ ਮਹਾਰਾਜ ਕਿਰਪਾ, ਅਤੇ ਉਹ ਪਹਿਲਾ ਸਾਲ ਜਿਹੜਾ ਸੀਗਾ। ਫਿਰ ਅਸੀਂ ਕੈਂਪ ਤੋਂ ਬਾਅਦ ਸੋਚਿਆ ਕਿ ਬੱਚਿਆਂ ਦਾ ਕਨੈਕਸ਼ਨ ਬਣਿਆ ਰਹਿਣਾ ਚਾਹੀਦਾ ਗੁਰਦੁਆਰੇ ਨਾਲ, ਕਿਉਂਕਿ ਜੇ ਅਸੀਂ ਇਕੱਲੇ ਕੈਂਪ ਹੀ ਲਾਉਂਦੇ ਹਾਂ ਫਿਰ ਬੱਚੇ ਉਹ ਹਰ ਸਾਲ ਆਉਂਦੇ ਨੇ ਪਰ ਜੋ ਸਿੱਖਦੇ ਨੇ ਫਿਰ ਭੁੱਲ ਜਾਂਦੇ ਨੇ, ਕਿਉਂਕਿ ਸਾਲ ਦਾ ਗੈਪ ਬਹੁਤ ਜ਼ਿਆਦਾ। ਬਿਲਕੁਲ ਜੀ, ਬਿਲਕੁਲ। ਉਹਦੇ ਕਰਕੇ ਫਿਰ ਸਾਨੂੰ ਕਮੇਟੀ ਦੀ ਸਪੋਰਟ ਮਿਲੀ, ਅਤੇ ਉਹ ਕਹਿੰਦੇ ਕਿ ਤੁਸੀਂ ਹੁਣ ਕਲਾਸਾਂ ਵੀ ਸ਼ੁਰੂ ਕਰ ਲਓ। ਫਿਰ ਕਲਾਸਾਂ ਕੀਤੀਆਂ, ਫਿਰ ਪਿਛਲੇ ਸਾਲ ਦੂਜਾ ਕੈਂਪ ਹੋਇਆ, ਅਤੇ ਹੁਣ ਲਗਾਤਾਰ 12 ਮਹੀਨੇ ਮਤਲਬ ਇਹ ਚੱਲਦਾ, 11 ਮਹੀਨੇ ਆਪਣੀਆਂ ਕਲਾਸਾਂ ਲੱਗਦੀਆਂ, ਅਤੇ ਜਿਹੜਾ ਜੁਲਾਈ ਦਾ ਮਹੀਨਾ ਉਦੋਂ ਆਪਣਾ ਹਰ ਸਾਲ ਸਮਰ ਕੈਂਪ ਲੱਗਦਾ ਜਦੋਂ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ। ਬਿਲਕੁਲ ਵੀਰ ਜੀ, ਬੀਇੰਗ ਏ ਟੀਚਰ ਔਰ ਬੀਇੰਗ ਇੱਕ ਐਜੂਕੇਟਰ, ਤੁਸੀਂ ਇਸ ਚੀਜ਼ ਨੂੰ ਤੇ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ, ਕਿਉਂਕਿ ਪ੍ਰਿੰਸੀਪਲ ਹੋਣਾ ਜਿਹੜਾ ਉਹਦਾ ਮਤਲਬ ਇਹ ਹੈ ਕਿ ਉਹ ਏਮ ਵੀ ਸਮਝੇ, ਓਬਜੈਕਟਿਵ ਵੀ ਸਮਝੇ। ਉਹ ਤੁਸੀਂ ਬਹੁਤ ਚੰਗੀ ਤਰ੍ਹਾਂ ਬੱਚਿਆਂ ਦੇ ਸਮਝਦੇ ਹੋ ਕਿ ਉਹਨਾਂ ਦਾ ਕੀ ਓਬਜੈਕਟਿਵ ਹੁੰਦਾ ਹੈ, ਕੀ ਉਹਨਾਂ ਦਾ ਏਮ ਹੁੰਦਾ ਹੈ, ਅਤੇ ਉਸ ਨੂੰ ਅਸੀਂ, ਮੈਂ ਇਹੀ ਆਪ ਜੀ ਤੋਂ ਪੁੱਛਣਾ ਚਾਹਾਂਗਾ ਕਿ ਜੋ ਏਮ ਹੈ, ਜੋ ਓਬਜੈਕਟਿਵ ਹੈ ਇਹਦੇ ਵਿੱਚ, ਉਹ ਕੀ ਹੈ, ਤੁਹਾਡਾ ਕੀ ਅਚੀਵ ਕਰਨਾ ਹੁੰਦਾ ਆਪਾਂ ਥਰੂ ਦੀ ਗੁਰਮਤਿ ਕਲਾਸਿਸ ਜਾਂ ਥਰੂ ਦੀ ਅਸੀਂ ਜੋ ਕੈਂਪ ਲਗਾਉਂਦੇ ਹਾਂ ਪਰਸਨੈਲਿਟੀ ਵਾਈਜ਼? ਹਾਂਜੀ, ਸਿੰਪਲ ਲਫਜ਼ਾਂ ਵਿੱਚ ਕਹਿਣਾ ਹੋਵੇ, ਅਸੀਂ ਮੇਨ ਅਸੀਂ ਚਾਹੁੰਦੇ ਹਾਂ ਬੱਚਿਆਂ ਦੀ ਆਲਰਾਊਂਡ ਡਿਵੈਲਪਮੈਂਟ, ਅਤੇ ਉਹਦਾ ਫੋਕਸ ਇਹ ਅਸੀਂ ਬੱਚਿਆਂ ਨੂੰ ਗੁਰੂ ਨਾਲ ਕਿਵੇਂ ਜੋੜਨਾ ਜੀ। ਸੋ ਉਹ ਭਾਵੇਂ ਹੋਏ ਆਪਣੇ ਮਾਂ ਬੋਲੀ ਦੇ ਰਾਹੀਂ, ਪਾਠ, ਕੀਰਤਨ, ਸੰਗਤ ਕਰਨ ਨਾਲ, ਇਹ ਸਾਰੇ ਕਹਿ ਲਓ ਕਿ ਮਹਾਰਾਜ ਨੇ ਸਾਨੂੰ ਇੰਨੇ ਟੂਲਸ ਦਿੱਤੇ ਨੇ ਕਿ ਅਸੀਂ ਕਿਵੇਂ ਜੋੜ ਸਕਦੇ ਹਾਂ ਜੀ ਰੱਬ ਨਾਲ, ਰਾਈਟ, ਪਰਮਾਤਮਾ ਨਾਲ। ਸੋ ਅਸੀਂ ਚਾਹੁੰਦੇ ਕਿ ਹੁਣ ਇਸ ਦੇ ਇਸ ਮਾਹੌਲ ਵਿੱਚ ਰਹਿੰਦੇ ਹੋਏ ਸਮਾਜ ਵਿੱਚ ਬਹੁਤ ਬੱਚੇ ਨੂੰ ਅੱਜ ਕੱਲ੍ਹ ਚੈਲੰਜਸ ਨੇ ਸਕੂਲ ਵਿੱਚ ਜਿਹੜੇ ਪਹਿਲੇ ਨਹੀਂ ਸੀਗੇ, ਜਿਵੇਂ ਆਪਣੇ ਇਲੈਕਟ੍ਰੋਨਿਕ ਡਿਵਾਈਸਿਸ ਨੇ, ਬੁਲੀਇੰਗ ਹੈ, ਜਿਹੜੀ ਮੈਂਟਲ ਹੈਲਥ ਹੈ, ਇਸ ਤਰ੍ਹਾਂ ਦੇ ਬਹੁਤ ਇਸ਼ੂਜ਼ ਨੇ, ਮਸਲੇ ਬਹੁਤ ਨੇ, ਅਤੇ ਅਸੀਂ ਸਾਨੂੰ ਲੱਗਦਾ ਕਿ ਸਭ ਤੋਂ ਵਧੀਆ ਜਿਹੜਾ ਉਹ ਸਾਰੇ ਮਸਲਿਆਂ ਦਾ ਹੱਲ ਕੀ ਹੈ, ਜੇ ਬੱਚਿਆਂ ਦਾ ਸਪਿਰਿਚੁਅਲ ਬੇਸ, ਅਧਿਆਤਮਕ ਬੇਸ ਸਟਰੋਂਗ ਹੋਏ, ਅਤੇ ਉਹ ਤੋਂ ਮਤਲਬ ਅਸੀਂ ਇਹ ਤੋਂ ਸਟਰੋਂਗ ਨਹੀਂ ਬਣਾ ਸਕਦੇ ਜਿੰਨਾ ਅਸੀਂ ਜੇ ਗੁਰੂ ਨਾਲ ਜੋੜਦੇ ਹਾਂ ਬੱਚਿਆਂ ਨੂੰ।
ਫਿਰ ਉਹ ਨੀਂਹ ਇੱਕ ਵਾਰੀ ਜੇ ਬਣ ਜਾਵੇ ਨਾ ਉਹ ਪੱਕੀ ਰਹਿੰਦੀ ਹੈ ਅਤੇ ਫਿਰ ਆਪਣੇ ਸਾਰੀ ਜ਼ਿੰਦਗੀ ਉਹ ਫਿਰ ਸੁਖੀ ਰਹਿੰਦੇ ਬੱਚੇ। ਬਿਲਕੁਲ ਜੀ, ਸਤਸੰਗ ਜੀ ਆਪ ਜੀ ਨੇ ਵੀ ਇਹ ਚੀਜ਼ ਸੁਣੀ ਹੈ। ਐਕਚੁਲੀ ਇਹਦੇ ਵਿੱਚ ਬਹੁਤ ਵੱਡੀ ਸੱਚਾਈ ਹੈ ਕਿ ਬੱਚੇ ਦੀ ਜੋ ਸ਼ਖਸੀਅਤ ਦੀ ਡਿਵੈਲਪਮੈਂਟ ਹੈ, ਅਸੀਂ ਇਹ ਕਹਿ ਲਈਏ ਕਿ ਉਹ ਪਹਿਲੇ ਹੀ 15-20 ਸਾਲਾਂ 'ਚ ਹੋ ਜਾਂਦੀ ਹੈ। ਜੇ ਉਹਨੇ ਜਿਸ ਤਰ੍ਹਾਂ ਦਾ ਪਹਿਲੇ ਕਹਿੰਦੇ ਨੇ ਕਿ ਉਹ 20 ਸਾਲਾਂ ਦੇ ਵਿੱਚ ਬਣ ਗਿਆ, ਬਾਅਦ ਦੇ ਵਿੱਚ ਉਸਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਹ ਸਿਮਿਲਰ ਇਸੇ ਤਰ੍ਹਾਂ ਹੀ ਹੈ ਕਿ ਜਿਵੇਂ ਇੱਕ ਛੋਟਾ ਜਿਹਾ ਪਲਾਂਟ ਹੈ, ਪੌਦਾ ਹੈ, ਉਸਨੂੰ ਅਸੀਂ ਜਿਹੜੀ ਵੀ ਮਰਜ਼ੀ ਸ਼ੇਪ ਦੇਣੀ ਚਾਹੀਏ ਉਹ ਦੇ ਸਕਦੇ ਹਾਂ, ਪਰ ਜੇ ਉਹੀ ਪੌਦਾ ਜਿਹੜਾ ਹੁਣ ਬਹੁਤ ਪੁਰਾਣਾ ਟ੍ਰੀ ਬਣ ਚੁੱਕਾ ਹੈ, ਰੁੱਖ ਬਣ ਚੁੱਕਾ ਹੈ, ਹੁਣ ਅਸੀਂ ਉਹਨੂੰ ਕਹੀਏ ਕਿ ਇਹਨੂੰ ਕੋਈ ਅਸੀਂ ਜਿਹੜਾ ਉਹ ਸ਼ੇਪ ਦੇ ਲਈਏ ਤਾਂ ਉਹ ਫਿਰ ਅਸੰਭਵ ਜਿਹਾ ਹੀ ਹੋ ਜਾਂਦਾ, ਬਹੁਤ ਮੁਸ਼ਕਲ ਦਾ। ਇਸ ਲਈ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਸ ਪਾਸੇ ਲਾਉਣਾ ਇਹ ਸਾਡੀ ਸਾਰਿਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਔਰ ਦੂਸਰੀ ਸਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਗੁਰੂ ਸਾਹਿਬਾਂ ਨੇ ਸਾਨੂੰ ਜਿਹੜਾ ਉਹ ਸੰਸਾਰ ਅਤੇ ਨਿਰੰਕਾਰ ਇਹ ਦੋਨਾਂ ਦੇ ਵਿੱਚ ਹੀ ਸਫਲ ਹੋਣ ਦੀ ਜਿਹੜੀ ਆ ਉਹ ਪ੍ਰੇਰਨਾ ਦਿੱਤੀ ਹੈ, ਕਿਉਂਕਿ ਇਹ ਵੀ ਨਹੀਂ ਕਿ ਅਸੀਂ ਸੰਸਾਰੀ ਹੀ ਹੋ ਜਾਈਏ ਅਤੇ ਸਪਿਰਚੁਐਲਿਟੀ ਹੈ ਜਿਹੜਾ ਧਰਮ ਹੈ ਉਹ ਭੁੱਲ ਜਾਈਏ, ਜਾਂ ਜਿਹੜਾ ਧਰਮ ਹੈ ਜਾਂ ਅਸੀਂ ਉੱਧਰ ਹੀ 100% ਚਲੇ ਜਾਈਏ ਅਤੇ ਅਸੀਂ ਆਪਣੇ ਬਿਜ਼ਨਸ ਅਕੈਡਮਿਕ ਦੇ ਵਿੱਚ ਜ਼ੀਰੋ ਹੋ ਜਾਈਏ। ਇਹ ਦੋਨੋਂ ਹੀ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਹੈ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਜਿਵੇਂ ਇੱਕ ਅਸੀਂ ਕਹਿ ਲਈਏ ਬਰਡ ਨੂੰ ਇੱਕ ਪੰਛੀ ਨੂੰ ਉੱਚਾ ਉੱਡਣ ਦੇ ਵਾਸਤੇ ਦੋਨੋਂ ਹੀ ਮਜ਼ਬੂਤ ਉਹਦੇ ਜਿਹੜੇ ਆ ਵਿੰਗਸ ਪੰਖ ਚਾਹੀਦੇ ਆ, ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਵੀ ਸਾਨੂੰ ਅੱਗੇ ਚੱਲਣ ਦੇ ਵਾਸਤੇ ਦੋਨਾਂ ਹੀ ਚੀਜ਼ਾਂ ਦੀ ਜ਼ਰੂਰਤ ਹੈ। ਅਤੇ ਉਹਦੇ ਵਿੱਚ ਤੁਸੀਂ ਇਹ ਦੋਨੋਂ ਪੱਖਾਂ 'ਚ ਹੀ ਰੋਲ ਹੈ ਜਿਹੜਾ ਉਹ ਆਪਣਾ ਅਦਾ ਕਰਦੇ ਹੋ। ਉਹਦੇ ਵਿੱਚ ਜਿਵੇਂ ਇੱਕ ਕਹਿੰਦੇ ਆ ਹੈਲਦੀ ਬੋਡੀ ਐਂਡ ਹੈਲਦੀ ਮਾਇੰਡ, ਇਹ ਦੋਨੋਂ ਚੀਜ਼ਾਂ ਚੱਲਦੀਆਂ, ਅਤੇ ਤੁਸੀਂ ਹੈਲਦੀ ਮਾਇੰਡ ਦੇ ਨਾਲ ਨਾਲ ਬੋਡੀ ਦੀ ਹੈਲਦੀਨੈਸ ਦੇ ਵਾਸਤੇ ਵੀ ਕਾਫੀ ਜਿਹੜਾ ਵਾ ਉਹ ਸੇਵਾਵਾਂ ਨਿਭਾਉਂਦੇ ਹੋ। ਉਹ ਕਿਸ ਤਰ੍ਹਾਂ ਦੀਆਂ ਫਿਜ਼ੀਕਲ ਐਕਸਰਸਾਈਜ਼ ਵਗੈਰਾ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਵੀ ਨਾਲ ਚਾਹੁੰਦਾ ਕਿ ਉਹ ਵੀ ਜ਼ਰੂਰੀ ਹੈ, ਕਿਉਂਕਿ ਅਸੀਂ ਬੱਚਿਆਂ ਨੂੰ ਸਮਝਾਉਂਦੇ ਹਾਂ ਮਾਇੰਡ ਬਾਡੀ ਕਨੈਕਸ਼ਨ ਇੱਕ ਬਹੁਤ ਡੂੰਘਿਆਈ ਦੀ ਗੱਲ ਹੈ। ਅਤੇ ਜਿਵੇਂ ਅਸੀਂ ਆਪਣਾ ਜੇ ਅਸੀਂ ਚਾਹੁੰਦੇ ਹਾਂ ਕਿ ਆਪਣੀ ਮੈਂਟਲ ਹੈਲਥ ਹੋਏ ਅਤੇ ਫਿਰ ਸਰੀਰ ਦਾ ਵੀ ਸਾਨੂੰ ਖਿਆਲ ਕਰਨਾ ਪੈਣਾ। ਸੋ ਜਿੰਨੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ, ਇੱਕ ਤਾਂ ਆਪਣੇ ਬੱਚਿਆਂ ਨੂੰ ਅਸੀਂ ਇਨਕਰੇਜ ਕਰਦੇ ਹਾਂ ਕਿ ਉਹ ਸਪੋਰਟਸ ਵਿੱਚ ਪਾਰਟੀਸਪੇਟ ਕਰਨ, ਜਿਵੇਂ ਆਪਣੇ OKD ਵਿੱਚ ਉੱਥੇ ਆਪਣਾ ਸਾਕਰ ਕਲੱਬ ਵੀ ਹੈ, ਫੀਲਡ ਹਾਕੀ ਕਲੱਬ ਹੈ, ਕਰਾਟੀ ਕਲਾਸਿਸ ਲੱਗਦੀਆਂ ਨੇ, ਅਤੇ ਆਪਣੇ ਸ਼ਸਤਰ ਵਿੱਦਿਆ ਗੱਤਕਾ ਕਲਾਸਾਂ ਵੀ ਲੱਗਦੀਆਂ ਨੇ। ਅਤੇ ਉਸ ਤੋਂ ਇਲਾਵਾ ਜਦੋਂ ਆਪਣਾ ਕੋਈ ਸਾਨੂੰ ਮੌਕਾ ਮਿਲਦਾ, ਜਿਵੇਂ ਹੁਣ ਮੌਸਮ ਵਧੀਆ ਹੈਗਾ, ਅਸੀਂ ਕਲਾਸਾਂ ਤੋਂ ਬਾਅਦ ਜਾ ਕੇ ਅਤੇ ਇੱਕ ਤਾਂ ਬੱਚਿਆਂ ਨੂੰ ਗਰਾਊਂਡ 'ਤੇ ਉੱਥੇ ਭਜਾਉਂਦੇ ਹਾਂ ਥੋੜ੍ਹੇ ਜਿਹਾ ਕਿ ਤੁਸੀਂ ਐਕਸਰਸਾਈਜ਼ ਕਰੋ, ਫਿਰ ਉਸ ਤੋਂ ਬਾਅਦ ਅਸੀਂ ਆਪਣਾ ਥੋੜ੍ਹੇ ਸਾਕਰ ਜਾਂ ਹੋਰ ਕੋਈ ਖੇਡ ਖੇਡ ਲੈਂਦੇ ਹਾਂ। ਉਹਦੇ ਨਾਲ ਫਿਰ ਬੱਚਿਆਂ ਨਾਲ ਬਹੁਤ ਫਰਕ ਪੈਂਦਾ, ਇੱਕ ਤਾਂ ਉਹ ਬੱਚੇ ਖੁਸ਼ ਹੋ ਕੇ ਆਉਂਦੇ ਗੁਰਦੁਆਰੇ, ਕਿਉਂਕਿ ਉਹਨਾਂ ਨੂੰ ਪਤਾ ਫਨ ਵੀ ਹੋਣਾ, ਨਾਲੇ ਉਹ ਸਰੀਰ ਦਾ ਵੀ ਕਹਿ ਲਓ ਕਿ ਆਪਣੀ ਫਿਟਨੈਸ ਦਾ ਖਿਆਲ ਕਰ ਰਹੇ ਨੇ। ਬਿਲਕੁਲ ਜੀ, ਬੜੀ ਵਧੀਆ ਚੀਜ਼ ਹੈ, ਕਿਉਂਕਿ ਲਰਨਿੰਗ ਵਿਦ ਫਨ ਇਹੀ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਤੱਕ ਲਰਨਿੰਗ ਦੇ ਵਿੱਚ ਬੋਰਿੰਗ ਹੋਏਗੀ ਉਦੋਂ ਤੱਕ ਬੰਦਾ ਸਿੱਖ ਨਹੀਂ ਪਾਏਗਾ, ਜਾਂ ਕਿਸੇ ਪ੍ਰੈਸ਼ਰ ਦੇ ਵਿੱਚ ਵੀ ਸਿੱਖਣਾ ਤਾਂ ਗੱਲ ਨਹੀਂ ਬਣੇਗੀ। ਅਤੇ ਭੈਣ ਜੀ ਮੈਂ ਤੁਹਾਡੇ ਕੋਲ ਆਉਣਾ, ਤੁਹਾਡੀ ਆਪਣੀ ਵੀ ਪੰਜਾਬੀ ਬਹੁਤ ਵਧੀਆ ਹੈ, ਤੁਸੀਂ ਪੰਜਾਬੀ ਬੱਚਿਆਂ ਨੂੰ ਇੱਥੇ ਪੜ੍ਹਾਉਂਦੇ ਹੋ, ਸਿਖਾਉਂਦੇ ਹੋ, ਉਸੇ ਹੀ ਪੰਜਾਬੀ ਦੇ ਥਰੂ ਅਸੀਂ ਇਹ ਕਹਿੰਦੇ ਹਾਂ ਕਿ ਫਾਊਂਡੇਸ਼ਨ ਤੁਸੀਂ ਰੱਖ ਦਿੰਦੇ ਹੋ, ਅਤੇ ਉਸੇ ਫਾਊਂਡੇਸ਼ਨ 'ਤੇ ਅੱਗੇ ਫਿਰ ਜਿਹੜਾ ਬਾਕੀ ਦੇ ਟੀਚਰ ਸੰਥਿਆ ਕਰਾ ਕੇ ਉਸ ਬੱਚੇ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੋੜ ਦਿੰਦੇ ਆ, ਬਾਣੀ ਪੜ੍ਹਨ ਸਮਝਣ ਦੇ ਕਾਬਿਲ ਬਣਾ ਦਿੰਦੇ ਆ। ਤੇ ਇਹ ਜਿਹੜਾ ਪੰਜਾਬੀ ਦੇ ਨਾਲ ਬੱਚੇ ਜੁੜਦੇ ਆ, ਉਹਨਾਂ ਦਾ ਇੰਟਰਸਟ ਕਿਸ ਤਰ੍ਹਾਂ ਦਾ ਰਹਿੰਦਾ ਅਕੈਡਮੀ ਦੇ ਵਿੱਚ, ਔਰ ਉਹ ਕਿਸ ਤਰ੍ਹਾਂ ਦੀ ਅਚੀਵਮੈਂਟ ਬੱਚਿਆਂ ਤੋਂ ਮਿਲਦੀ ਹੈ? ਹਾਂਜੀ, ਬੱਚੇ ਬੜਾ ਇੰਟਰਸਟ ਲੈ ਕੇ ਆਉਂਦੇ ਆ, ਬੱਚੇ ਖੁਸ਼ ਹੋ ਕੇ ਆਉਂਦੇ ਆ। ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਜੇ ਬੱਚੇ ਆਉਣ ਤਾਂ ਖੁਸ਼ ਹੋ ਕੇ ਆਉਣ। ਅਤੇ ਬੱਚਿਆਂ ਨੂੰ ਮੇਰੀ ਕਲਾਸ ਵਿੱਚ ਤਾਂ ਮੈਂ ਜਦੋਂ
ਸਪੀਕਿੰਗ ਪ੍ਰੈਕਟਿਸ ਕਰਨ ਲਈ ਆਪਾਂ ਬੱਚਿਆਂ ਨਾਲ ਡਿਬੇਟ ਕਰ ਲਈਦੀ ਆ, ਸਟੋਰੀ ਕਰ ਲਈਦੀ ਆ, ਬੱਚਿਆਂ ਨਾਲ ਰੀਡਿੰਗ ਰਾਈਟਿੰਗ ਗ੍ਰੈਮਰ ਕਰੀਦੀ ਆ, ਤੇ ਬੱਚੇ ਬੜਾ ਖੁਸ਼ ਹੋ ਕੇ ਆਉਂਦੇ ਆ, ਤੇ ਜਦੋਂ ਬੱਚੇ ਸਿੱਖ ਲੈਂਦੇ ਆ ਪੂਰਾ, ਫਿਰ ਬੱਚੇ ਸੰਥਿਆ ਦੀ ਕਲਾਸ 'ਚ ਜਾਂਦੇ ਆ। ਬਿਲਕੁਲ, ਬਹੁਤ ਵਧੀਆ ਹੈ, ਕਿਉਂਕਿ ਇਹ ਵੀ ਜ਼ਰੂਰੀ ਹੈ। ਨਾਲ ਜੇ ਅਸੀਂ ਦੂਸਰਾ ਸਵਾਲ ਇਹ ਕਰ ਲਈਏ ਕਿ ਪੰਜਾਬੀ ਕੈਨੇਡਾ ਦੇ ਵਿੱਚ ਕਿੰਨੀ ਕੁ ਜ਼ਰੂਰੀ ਹੈ, ਤੇ ਸ਼ਾਇਦ ਸਾਹ ਸਿੰਘ ਜੀ ਮੈਂ ਹੁਣ ਇਹ ਕਹਿ ਦੇਵਾਂ ਕਿ ਕੈਨੇਡਾ ਦੇ ਵਿੱਚ ਆ ਕੇ ਪਹਿਲੇ ਤੇ ਮੈਨੂੰ ਵੀ 2-3 ਮਹੀਨੇ ਇਹ ਵਿਸ਼ਵਾਸ ਹੀ ਨਹੀਂ ਆਇਆ ਸੀ ਕਿ ਮੈਂ ਕੈਨੇਡਾ ਪਹੁੰਚ ਗਿਆ। ਏਦਾਂ ਲੱਗਦਾ ਸੀ ਕਿ ਮੈਂ ਪੰਜਾਬ ਦੇ ਵਿੱਚ ਹੀ ਘੁੰਮ ਰਿਹਾ ਹੈਗਾ, ਕਿਉਂਕਿ ਅੱਜ ਜੋ ਕੈਨੇਡਾ ਦਾ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਏਰੀਆ ਹੋਵੇਗਾ ਜਿੱਥੇ ਪੰਜਾਬੀ ਬੋਲਣ ਤੇ ਸਮਝਣ ਵਾਲੇ ਨਾ ਮਿਲਣ। ਤੇ ਇਹਨੂੰ ਤੁਸੀਂ ਬੀਂਗ ਏ ਪੰਜਾਬੀ ਟੀਚਰ ਕਿੰਨਾ ਕੁ ਪ੍ਰਾਊਡ ਫੀਲ ਕਰਦੇ ਹੋ ਕਿ ਸਾਡੀ ਜੋ ਪੰਜਾਬੀ ਦੀ ਲੈਂਗੁਏਜ ਹੈ ਉਸ ਨੂੰ ਸਾਰੇ ਕੈਨੇਡਾ ਦੇ ਵਿੱਚ ਸਮਝਿਆ ਵੀ ਜਾ ਰਿਹਾ ਤੇ ਬੋਲਿਆ ਵੀ ਜਾ ਰਿਹਾ, ਤੇ ਉਹਦਾ ਦਿਨੋ ਦਿਨ ਜਿਹੜਾ ਉਹ ਪ੍ਰਸਾਰ ਹੋ ਰਿਹਾ। ਹਾਂਜੀ, ਬੜੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀ ਦਾ ਪ੍ਰਸਾਰ ਹੋ ਰਿਹਾ ਆ, ਤੇ ਜਦੋਂ ਬਾਹਰ ਅੰਦਰ ਜਾਂਦੇ ਆਪਾਂ ਨੂੰ ਕੋਈ ਪੰਜਾਬੀ ਮਿਲਦਾ, ਆਪਾਂ ਫਤਿਹ ਬੁਲਾਉਂਦੇ ਆ ਤੇ ਪੰਜਾਬੀ 'ਚ ਗੱਲਾਂ ਕਰਦੇ ਹਾਂ, ਸਾਨੂੰ ਬੜਾ ਮਾਣ ਹੁੰਦਾ ਆ, ਤੇ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਪੰਜਾਬੀ ਬੋਲਣ, ਪੰਜਾਬੀ ਨਾਲ ਜੁੜਨ। ਹਾਂਜੀ ਵੀਰ ਜੀ, ਮੈਂ ਤੁਹਾਡੇ ਲਿਆਵਾਂਗਾ, ਪੰਜਾਬੀ ਵੀ ਇੱਕ ਬੱਚੇ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ, ਬਟ ਅਕੈਡਮੀ ਦੇ ਵਿੱਚ ਜਿਹੜਾ ਉਹ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਤੁਸੀਂ ਐਕਟੀਵਿਟੀਜ਼ ਕਰਾਉਂਦੇ ਹੋ, ਬਹੁਤ ਸਾਰੇ ਕੋਰਸਿਸ ਹੈ ਉਹਨਾਂ ਦੇ ਵਿੱਚ, ਅਸੀਂ ਇਹ ਕਹਿ ਲਈਏ ਕਿ ਬੱਚਿਆਂ ਨੂੰ ਮੋਟੀਵੇਸ਼ਨ ਵੀ ਦਿੱਤੀ ਜਾਂਦੀ ਹੈ, ਉਹਨਾਂ ਦੀ ਕਰੈਕਟਰ ਬਿਲਡਿੰਗ 'ਤੇ ਵੀ ਧਿਆਨ ਹੈ, ਇਤਿਹਾਸ ਵੀ ਹੈ, ਔਰ ਵਿੱਚੋਂ ਮੈਥਸ ਦੀਆਂ ਕਲਾਸਿਸ ਵੀ ਲੱਗਦੀਆਂ। ਅਤੇ ਮੈਂ ਇਹੀ ਜਾਣਨਾ ਚਾਹਾਂਗਾ ਕਿ ਗੁਰਮਤ ਅਕੈਡਮੀ ਦੇ ਵਿੱਚ ਕਿਹੜੇ ਕਿਹੜੇ ਇਹੋ ਜਿਹੇ ਕੋਰਸਿਸ ਨੇ ਜਾਂ ਟ੍ਰੇਨਿੰਗਸ ਹੈ ਜਿਹੜੀਆਂ ਬੱਚੇ ਦੇ ਅੱਗੇ ਲਾਈਫ ਦੇ ਵਿੱਚ ਕੰਮ ਆਉਣ ਲਈ ਸਾਰੇ ਕਾਰਜ ਕੀਤੇ ਜਾਂਦੇ ਆ? ਕੁਛ ਤੁਸੀਂ ਪਹਿਲਾਂ ਗਿਣਾਏ ਵੀ ਹੈ, ਉਹ ਫਿਜ਼ੀਕਲ ਸੀ, ਹੁਣ ਅਸੀਂ ਅਕੈਡਮਿਕ ਵੱਲ ਆ ਜੀ। ਜ਼ਰੂਰ, ਹਾਂਜੀ, ਆਪਣਾ ਬੇਸ ਹੈਗਾ ਮਾਂ ਬੋਲੀ ਦਾ ਜੀ, ਅਸੀਂ ਸ਼ੁਰੂ ਕਰਦੇ ਹਾਂ, ਭਾਵੇਂ ਬੱਚੇ ਨੂੰ ਬਿਲਕੁਲ ਕੁਛ ਨਹੀਂ ਆਉਂਦਾ, ਅਸੀਂ ਸ਼ੁਰੂ ਕਰਦੇ ਹਾਂ 35 ਤੋਂ, ਫਿਰ ਲਗਾ ਮਾਤਰਾ, ਫਿਰ ਮਹਾਰਣੀ, ਅਤੇ ਫਿਰ ਉਸ ਤੋਂ ਬਾਅਦ ਨਾਲੇ ਹੋਰ ਵੀ ਲੇਖ ਪੜ੍ਹ ਸਕਦੇ ਜਿਵੇਂ ਨਾਵਲਾਂ ਜਾਂ ਹੋਰ ਆਪਣੀ ਕਵਿਤਾਵਾਂ, ਪਰ ਆਪਣਾ ਫੋਕਸ ਇਹ ਬੱਚੇ ਗੁਰਬਾਣੀ ਪੜ੍ਹਨ ਜੀ। ਸੋ ਉਹਦੇ ਵਿੱਚ ਜਦੋਂ ਉਸ ਲੈਵਲ 'ਤੇ ਜਾਣ ਤਾਂ ਫਿਰ ਸੰਥਿਆ ਵੀ ਕਰ ਸਕਦੇ ਨੇ, ਅਤੇ ਇੱਕ ਉਹ ਆਪਣੀ ਸਟ੍ਰੀਮ ਹੋ ਗਈ, ਦੂਸਰੀ ਅਸੀਂ ਆਪਣਾ ਹੈਗਾ ਫੋਕਸ ਹੈਗਾ ਗੁਰਮਤਿ ਸੰਗੀਤ ਦਾ ਜੀ। ਸੋ ਅਸੀਂ ਚਾਹੁੰਦੇ ਕਿ ਬੱਚਿਆਂ ਦਾ ਵਧੀਆ ਬੇਸ ਬਣੇ ਮਿਊਜ਼ਿਕ ਦਾ, ਸੰਗੀਤ ਦਾ, ਉਹਦੇ ਵਿੱਚ ਬੱਚੇ ਸਿੱਖ ਸਕਦੇ ਨੇ ਵਾਜਾ ਜਾਂ ਤਬਲਾ ਅਤੇ ਜਾਂ ਤਾਂਤੀ ਸਾਜ ਵੀ ਜੀ। ਉਹ ਦੋ ਮੇਨ ਸਟ੍ਰੀਮ ਫਿਰ ਅਸੀਂ ਐਡ ਕੀਤਾ ਸੀ ਪਿਛਲੇ ਸਾਲ ਗੁਰ ਇਤਿਹਾਸ ਜੀ, ਸੋ ਕਿਉਂਕਿ ਉਹ ਵੀ ਬਹੁਤ ਜ਼ਰੂਰੀ ਹੈ, ਅਤੇ ਸੋ ਆਪਣੀ ਹਿਸਟਰੀ ਕਲਾਸ ਵੀ ਹੁੰਦੀ ਹੈ ਜੀ, ਫਿਰ ਅਸੀਂ ਐਡ ਕੀਤਾ ਆਪਣੀ, ਕਿਉਂਕਿ ਦੇਖਿਆ ਕਾਫੀ ਬੱਚੇ ਉਹ ਆਪਣਾ ਪਟਕਾ ਨਹੀਂ ਛੱਡਦੇ ਕਿਉਂਕਿ ਉਹਨਾਂ ਨੂੰ ਜਾਂਚ ਨਹੀਂ ਦਸਤਾਰ ਬੰਨਣ ਦੀ, ਸੋ ਫਿਰ ਦਸਤਾਰ ਅਤੇ ਦਮਾਲਾ ਦੀ ਸਿਖਲਾਈ ਦੀ ਉਹ ਵੀ ਕਲਾਸ ਐਡ ਕੀਤੀ ਸੀ ਕੁਛ ਮਹੀਨੇ ਪਹਿਲੇ, ਅਤੇ ਆਪਣਾ ਜਿਹੜਾ ਕਹਿ ਲਓ ਆਪਣਾ ਸਿੱਖ ਜਿਹੜਾ ਮਾਰਸ਼ਲ ਆਰਟਸ ਹੈ, ਗੱਤਕਾ ਕਲਾਸਾਂ ਵੀ ਲੱਗਦੀਆਂ ਨੇ, ਅਤੇ ਜਿਵੇਂ ਤੁਸੀਂ ਕਿਹਾ ਸੀ ਹੁਣ ਅਸੀਂ ਐਕਡੈਮਿਕ ਸਾਈਡ ਵੱਲ ਵੀ ਜਾ ਰਹੇ ਹਾਂ, ਹੌਲੀ ਹੌਲੀ ਅਸੀਂ ਕੋਰਸਿਸ ਕਲਾਸਾਂ ਐਡ ਕਰ ਰਹੇ ਹਾਂ, ਮੈਥ ਤੋਂ ਸ਼ੁਰੂ ਕੀਤਾ ਤਾਂ ਕਿ ਜਿਹੜੇ ਬੱਚੇ ਨੇ ਆਪਣੇ ਭਾਵੇਂ ਕਿਸੇ ਗ੍ਰੇਡ ਦੇ ਵੀ ਹੋਣ, ਅਸੀਂ ਚਾਹੁੰਦੇ ਹਾਂ ਕਿ ਆਪਣੇ ਬੱਚੇ ਜਿਹੜੇ ਗੁਰੂ ਨਾਲ ਜੁੜੇ ਨੇ ਉਹ ਸਭ ਤੋਂ ਆਪਣੇ ਕਲਾਸ ਦੇ ਟੌਪ ਦੇ ਹੋਣ ਜੀ, ਅਤੇ ਉਹਦੇ ਕਰਕੇ ਜੇ ਕੋਈ ਉਹਨਾਂ ਨੂੰ ਕੋਈ ਕਮੀ ਉਹਨਾਂ ਦੇ ਪੜ੍ਹਾਈ ਵਿੱਚ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਥੋੜ੍ਹੀ ਹੈਲਪ ਮਿਲੇ ਤਾਂ ਕਿ ਉਹ ਆਪਣੇ ਐਕਡੈਮਿਕਲੀ ਵੀ ਬੱਚੇ ਟੌਪ ਹੋਣ। ਬਿਲਕੁਲ ਜੀ, ਬਹੁਤ ਵਧੀਆ ਤੁਸੀਂ ਜਿਹੜਾ ਇਹ ਚੀਜ਼ਾਂ ਦੱਸੀਆਂ ਨੇ, ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਸਾਰੇ ਹੀ ਪੱਖਾਂ ਦੇ ਵਿੱਚ ਸੰਪੂਰਨ ਕਰਨਾ, ਕਿਉਂਕਿ ਜਿੰਨੇ ਵੀ ਮੇਰੇ ਦਰਸ਼ਕ ਗੁਰੂ ਪਿਆਰੇ ਸੁਣ ਰਹੇ ਆ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਮਨ ਵਿੱਚ ਬੰਨ੍ਹ ਲਓ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਸਿਰਜਿਆ ਗਿਆ ਸਿਧਾਂਤ ਔਰ ਉਹਨਾਂ ਦੇ ਦੁਆਰਾ ਸਿਰਜਿਆ ਗਿਆ ਸਮਾਜ ਸਰਬ ਪੱਖੀ ਸੰਪੰਨ ਹੈ।
ਔਰ ਉਹਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਬੱਚੇ ਜ਼ਿੰਦਗੀ ਦੇ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨਾ ਰਹਿਣ, ਚਾਹੇ ਉਹ ਉਹਨਾਂ ਦਾ ਫਿਜ਼ੀਕਲ ਹੋਵੇ, ਚਾਹੇ ਮੈਂਟਲ ਹੋਵੇ, ਚਾਹੇ ਇਸ ਤੋਂ ਬਾਅਦ ਉਹਨਾਂ ਬੱਚਿਆਂ ਨੇ ਇਕਨੋਮੀਕਲ ਫੀਲਡ ਹੈ ਉਹਦੇ ਵਿੱਚ ਵੀ ਅੱਗੇ ਲੈ ਕੇ ਜਾਣਾ। ਹਰ ਖੇਤਰ ਦੇ ਵਿੱਚ ਜਦੋਂ ਅਸੀਂ ਅੱਗੇ ਹੋਵਾਂਗੇ ਅਤੇ ਤਾਂ ਹੀ ਅੱਜ ਅਸੀਂ ਇਹ ਸਮਾਜ ਨੂੰ ਜਿਹੜਾ ਉਹ ਅੱਗੇ ਇਹਦਾ ਮੁਕਾਬਲਾ ਕਰ ਪਾਵਾਂਗੇ। ਅਦਰਵਾਈਜ਼ ਤਾਂ ਇਹ ਮੁਕਾਬਲਾ ਜਿਹੜਾ ਉਹਦੇ ਲਈ ਬੜੀ ਮੁਸ਼ਕਲ ਹੋ ਜਾਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਉਹ ਕਰਨਾ। ਅਤੇ ਭੈਣ ਜੀ, ਮੈਂ ਇਹਦੇ ਨਾਲ ਇੱਕ ਸਵਾਲ ਇਹ ਵੀ ਪੁੱਛਣਾ ਚਾਹਾਂਗਾ, ਅਜੇ ਤੱਕ ਸਾਡੀਆਂ ਜਿੰਨੀਆਂ ਵੀ ਗੱਲਾਂ ਬਾਤਾਂ ਹੋਈਆਂ ਨੇ ਉਹ ਬੱਚਿਆਂ ਦੇ ਨਾਲ ਰਿਲੇਟਡ ਹੋਈਆਂ, ਅਤੇ ਸ਼ਾਇਦ ਸਾਨੂੰ ਜਿਹੜੇ ਸੁਣਨ ਵਾਲੇ ਦਰਸ਼ਕ ਹੈ ਉਹ ਇਹੀ ਸੋਚਦੇ ਹੋਣਗੇ ਕਿ ਸ਼ਾਇਦ ਇਹ ਬੱਚਿਆਂ ਦੇ ਲੈਵਲ 'ਤੇ ਹੀ ਕਾਰਜ ਕਰ ਰਹੇ ਆ। ਅਤੇ ਮੈਂ ਹੁਣ ਇਹ ਪੁੱਛਣਾ ਚਾਹਾਂਗਾ ਤੁਹਾਡੇ ਤੋਂ, ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮੰਮੀ ਪਾਪਾ ਵੀ ਸਾਡੇ ਕਲਾਸਾਂ 'ਚ ਆਉਂਦੇ ਹੋਣਗੇ, ਕਿਉਂਕਿ ਬੱਚੇ ਨੂੰ ਛੱਡਣਾ ਵੀ ਹੈ ਲੈਣਾ ਵੀ ਹੈ, ਅਤੇ ਕੀ ਉਹਨਾਂ ਦੇ ਵਾਸਤੇ ਵੀ ਕੁਛ ਐਸਾ ਅਰੇਂਜਮੈਂਟ ਹੈ ਕਿ ਜੇ ਉਹਨਾਂ ਦੇ ਪੇਰੈਂਟਸ ਵੀ ਆਉਣ ਤੇ ਉਹ ਵੀ ਕੁਝ ਸਿੱਖ ਸਕਣ, ਜਾਂ ਉਹਨਾਂ ਨੂੰ ਬਾਹਰ ਵੇਟਿੰਗ ਰੂਮ ਦੇ ਵਿੱਚ ਹੀ ਬੈਠ ਕੇ ਮੁੜਨਾ ਪੈਂਦਾ, ਕਿ ਉਹਨਾਂ ਲਈ ਵੀ ਕੁਝ ਕਲਾਸਸ ਦਾ ਅਰੇਂਜਮੈਂਟ ਹੈ, ਦੱਸਿਓ ਕੀ? ਹਾਂਜੀ, ਨਹੀਂ ਜੀ, ਉਹਨਾਂ ਨੂੰ ਵੇਟਿੰਗ ਕਰਕੇ ਨਹੀਂ ਮੁੜਨਾ ਪੈਂਦਾ, ਪੇਰੈਂਟਸ ਲਈ ਵੀ ਕਲਾਸਸ ਹੈਗੀਆਂ ਆ। ਜੇ ਪੇਰੈਂਟਸ ਚਾਹੁੰਣ ਤਾਂ ਉਹ ਆਪਣੀ ਸੰਥਾ ਦੀਆਂ ਕਲਾਸਸ ਲੈ ਸਕਦੇ ਆ। ਐਟ ਦ ਸੇਮ ਟਾਈਮ ਜੇ ਉਹਨਾਂ ਨੂੰ ਕੋਈ ਸਿੱਖੀ ਪ੍ਰਤੀ ਕੋਈ ਉਹਨਾਂ ਦੇ ਮਨ 'ਚ ਕੋਈ ਕੁਐਸਚਨ ਹੈਗਾ ਤਾਂ ਉੱਥੇ ਡਿਸਕਸ ਕਰ ਸਕਦੇ ਆ। ਗੁਰਮਤ ਡਿਸਕਸ਼ਨ ਕਲਾਸ ਅਸੀਂ ਕਹਿ ਲਈਏ ਕਿ ਉਸ ਜਗ੍ਹਾ ਤੇ ਉਹਨਾਂ ਦੇ ਲੈਵਲ ਤੇ ਵੀ ਚੱਲਦੀ ਹੈ, ਕਿਉਂਕਿ ਇਹ ਅਸੀਂ ਕਹਿ ਲਈਏ ਕਿ ਗੁਰਮਤ ਅਕੈਡਮੀ ਹੈ ਜਿਹੜੀ, ਉਹਦੇ ਵਿੱਚ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜਿਹੜੇ ਇਸ ਕਲਾਸਾਂ ਦੇ ਵਿੱਚ ਆਉਂਦੇ ਆ, ਮਤਲਬ ਕਿ ਉਹ ਬੱਚੇ ਵੀ ਤੇ ਉਹਨਾਂ ਦੇ ਪੇਰੈਂਟਸ ਵੀ ਜਿਹੜੇ ਆ ਉਹ ਬੈਨੀਫਿਟ ਲੈ ਕੇ ਜਾਂਦੇ ਆ, ਕਿਉਂਕਿ ਸਿੱਖ ਹੈ ਜਿਹੜਾ ਸਿੱਖ ਤੇ ਸਦਾ ਲਈ ਸਟੂਡੈਂਟ ਹੈ। ਇਹ ਤੇ ਹੈ ਨਹੀਂ ਕਿ ਸਿੱਖ ਜਿਹੜਾ ਉਹਨੇ ਕਦੇ ਸਟੂਡੈਂਟ ਨਹੀਂ ਰਹਿਣਾ, ਕਿਉਂਕਿ ਅਸੀਂ ਐਵਰੀ ਟਾਈਮ ਸਿੱਖਣਾ ਹੈ। ਜਦੋਂ ਵੀ ਕੁਛ ਨਵਾਂ ਆਇਆ ਉਹਨਾਂ ਚੀਜ਼ਾਂ ਨੂੰ ਅਸੀਂ ਜਾਣਨਾ ਹੈ। ਅਤੇ ਸਾਡੇ ਕੋਲ ਸਾਡੇ ਜੀ ਲਿਸਨਰਸ ਦੀ ਕਾਲ ਆਈ ਹੈ, ਅਸੀਂ ਦੇਖਦੇ ਹਾਂ ਕਿ ਲਿਸਨਰਸ ਕੀ ਸਾਨੂੰ ਕਹਿਣਾ ਚਾਹੁੰਦੇ ਆ। ਹਾਂਜੀ ਵਾਹਿਗੁਰੂ ਜੀ, ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਪ ਜੀ ਦਾ ਗੁਰਮਤਿ ਜੀਵਨ ਜਾਂਚ ਪ੍ਰੋਗਰਾਮ ਦੇ ਵਿੱਚ ਸਵਾਗਤ ਜੀ। ਕੌਣ ਬੋਲ ਰਹੇ ਜੀ, ਪਹਿਲੇ ਆਪਣਾ ਨਾਮ ਤੇ ਜਗ੍ਹਾ ਦੱਸੋ ਜੀ। ਓਂਟਾਰੀਓ ਖਾਲਸਾ ਦਰਬਾਰ ਦੇ ਭੈਣ ਜੀ ਅਮਨਦੀਪ ਕੌਰ ਜੀ ਟੀਚਰ ਓਕੇਡੀ ਅਕੈਡਮੀ ਵਾਲੇ ਨੇ, ਤੇ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਜੀ ਸਿੱਧਾ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ। ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਸੀਗਾ ਕਿ ਮੇਰੀਆਂ ਦੋਨੇ ਬੇਟੀਆਂ ਆਪਣੇ ਓਕੀਡੀ ਗਵਰਨਮੈਂਟ ਸਕੂਲ ਦੇ ਵਿੱਚ ਆ ਰਹੀਆਂ ਵਾ ਪਿਛਲੇ 6 ਮਹੀਨਿਆਂ ਤੋਂ ਜੀ, ਜਨਵਰੀ ਤੋਂ। ਜੀ ਮੇਰੀ ਪੰਜਾਬੀ ਕਲਾਸ ਲਾ ਰਹੀ ਆ ਤੇ ਨਾਲ ਕੀਰਤਨ ਸਿੱਖ ਰਹੀ ਆ, ਤੇ ਇੰਨਾ ਜ਼ਿਆਦਾ ਫਰਕ ਆ ਦੋਨਾਂ ਦੇ ਵਿੱਚ, ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ। ਤੇ ਛੋਟੀ ਤਾਂ ਹੁਣ ਦੂਸਰੀ ਵੀ ਪੰਜਾਬੀ ਦੇ ਵਿੱਚ ਆਪ ਲਿਖਣ ਲੱਗ ਗਈ ਆ, ਮੈਨੂੰ ਕਿਹੜੀ ਚੀਜ਼ ਚਾਹੀਦੀ ਆ, ਤੇ ਮੈਂ ਕਹਿੰਦਾ ਵੀ ਤੂੰ ਮੈਨੂੰ ਪੰਜਾਬੀ ਦੇ ਵਿੱਚ ਲਿਖ ਕੇ ਦੇ, ਉਹ ਮੈਨੂੰ ਲਿਖਦੀ ਆ ਤੇ ਬਹੁਤ ਅੱਛਾ ਲੱਗਦਾ ਮੈਨੂੰ। ਮੈਂ ਨਾ ਸਾਰੇ ਪੇਰੈਂਟ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਇੱਕ ਵਾਰੀ ਲੈ ਕੇ ਆਓ ਆਪਣੇ ਬੱਚਿਆਂ ਨੂੰ, ਤੇ ਤੁਹਾਡੇ ਬੱਚੇ ਬਾਅਦ ਚ ਤੁਹਾਨੂੰ ਆਪ ਕਹਿਣ ਕਿ ਨਹੀਂ ਸਾਨੂੰ ਲੈ ਕੇ ਚੱਲੋ। ਤੇ ਮੈਂ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਬਹੁਤਿਆਂ ਨੂੰ ਰਿਕਮੈਂਡ ਕਰਦਾ, ਸਾਰਿਆਂ ਨੂੰ ਪਿਕਚਰਾਂ ਭੇਜਦਾ ਹੁੰਦਾ ਜਦੋਂ ਆਪਣੀਆਂ ਗਵਰਨਮੈਂਟ ਕੈਂਪ ਦੀਆਂ ਪੋਸਟਾਂ ਪੈਂਦੀਆਂ। ਹਾਂਜੀ ਸਾਰਾ ਜੀ
ਬਹੁਤ ਵਧੀਆ ਜੀ, ਬਹੁਤ ਵਧੀਆ ਹੈ ਤੁਸੀਂ ਜੋ ਸਾਨੂੰ ਇਹ ਦੱਸਿਆ ਹੈ, ਕਿਉਂਕਿ ਸਾਡੇ ਜਿਹੜੇ ਇਸ ਵੇਲੇ ਦਰਸ਼ਕ ਨੇ ਉਹ ਵੀ ਸੁਣ ਸਕਦੇ ਆ, ਕਿਉਂਕਿ ਜਿਹੜੀ ਚੀਜ਼ ਤੁਸੀਂ ਕਹਿਣੀ ਆ ਉਹ ਜਦੋਂ ਦਰਸ਼ਕ ਕਹਿੰਦੇ ਆ ਤੇ ਉਹਦਾ ਇੱਕ ਅਲੱਗ ਹੀ ਹੁੰਦਾ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਗੱਲ ਕਰਨ ਦੇ ਵਾਸਤੇ ਸਾਡੇ ਹਮਦਰਦ ਟੀਵੀ ਤੇ, ਥੈਂਕ ਯੂ ਵੈਰੀ ਮੱਚ ਜੀ। ਹਾਂ ਤੇ ਦੋਸਤੋ, ਇਹ ਜਿਸ ਤਰ੍ਹਾਂ ਸਾਨੂੰ ਦਰਸ਼ਕ ਵੀ ਦੱਸ ਰਹੇ ਸਨ ਕਿ ਜੋ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਦੇ ਬੱਚੇ ਪਹੁੰਚਦੇ ਆ ਉਹ ਕਿੰਨਾ ਇੱਥੋਂ ਲਾਭ ਲੈਂਦੇ ਆ। ਤੇ ਵੀਰ ਜੀ, ਇਸੇ ਤੋਂ ਹੀ ਅੱਗੇ ਮੈਂ ਇਹੀ ਸਵਾਲ ਆਪ ਜੀ ਤੋਂ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਹੁਣ ਇਹ ਸਮਰ ਕੈਂਪ ਹੈ, ਛੁੱਟੀਆਂ ਹੋਣੀਆਂ ਨੇ, ਸਭ ਜਗ੍ਹਾ ਤੇ ਸਮਰ ਕੈਂਪਸ ਲੱਗਣੇ ਆ, ਤੇ ਉਹਦੇ ਵਿੱਚੋਂ ਤੁਸੀਂ ਵੀ ਇੱਥੇ ਜ਼ਰੂਰ ਸਮਰ ਕੈਂਪ ਦਾ ਜਿਹੜਾ ਉਹ ਉਪਰਾਲਾ ਕੀਤਾ ਹੋਵੇਗਾ, ਉਹ ਕੀ ਉਪਰਾਲਾ ਹੈ, ਉਹਦੀ ਰੂਪਰੇਖਾ ਕਿਸ ਤਰ੍ਹਾਂ ਦੀ ਰਹੇਗੀ, ਉਹ ਸਾਰੇ ਤੁਸੀਂ ਸਾਡੇ ਜਿਹੜਾ ਉਹ ਦਰਸ਼ਕਾਂ ਦੇ ਨਾਲ ਸ਼ੇਅਰ ਕਰੋ ਜੀ। ਜ਼ਰੂਰ, ਹਾਂਜੀ, ਆਪਣਾ ਜਿਹੜਾ ਕੈਂਪ ਲੱਗਣਾ ਹੈ ਹਰ ਸਾਲ ਲੱਗਦਾ 2 ਹਫ਼ਤਿਆਂ ਦਾ ਸਮਰ ਵਿੱਚ, ਅਤੇ ਅਸੀਂ ਇਸ ਸਾਲ ਲਾ ਰਹੇ ਹਾਂ ਆਪਣੇ, ਜਦੋਂ ਵੀ ਛੁੱਟੀਆਂ ਹੋਣਗੀਆਂ ਬੱਚਿਆਂ ਦੀਆਂ ਕੈਨੇਡਾ ਡੇ ਤੋਂ ਬਾਅਦ ਅਸੀਂ ਸ਼ੁਰੂ ਕਰ ਰਹੇ ਹਾਂ 2 ਜੁਲਾਈ ਨੂੰ, ਅਤੇ ਇਹ ਕੈਂਪ ਆਪਣਾ ਸਕੂਲ ਦੀ ਤਰ੍ਹਾਂ ਹੁੰਦਾ ਹੈ। ਪੇਰੈਂਟਸ ਆਪਣੇ ਬੱਚਿਆਂ ਨੂੰ ਸਵੇਰੇ ਛੱਡਦੇ ਨੇ ਜੀ ਅਤੇ ਦੁਪਹਿਰੇ ਚੁੱਕਦੇ ਨੇ, ਸੋ ਪੂਰਾ ਦਿਨ ਸਾਡੇ ਨਾਲ ਗੁਰਦੁਆਰੇ ਸਾਹਿਬ ਰਹਿੰਦੇ ਨੇ, ਅਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਸਾਰਾ ਦਿਨ ਬਿਜ਼ੀ ਰੱਖਦੇ ਹਾਂ, ਚੰਗੀ ਐਕਟੀਵਿਟੀਜ਼, ਕੰਸਟਰਕਟਿਵ ਪ੍ਰੋਡਕਟਿਵ ਕੰਮ ਕਰਾਉਂਦੇ ਹਾਂ, ਕਲਾਸਾਂ ਲਾਉਂਦੇ ਨੇ, ਉਹਨਾਂ ਦੀ ਐਕਸਰਸਾਈਜ਼ ਵੀ ਹੁੰਦੀ ਹੈ, ਖੇਡਾਂ ਵੀ ਕਰਾਉਂਦੇ ਹਾਂ, ਖਾਣ ਪੀਣ ਦਾ ਪ੍ਰਬੰਧ ਹੁੰਦਾ ਹੈ, ਕਿਉਂਕਿ ਅਸੀਂ ਚਾਹੁੰਦੇ ਕਿ ਸਾਰੇ ਖੁਸ਼ ਹੋਣ। ਪਹਿਲੇ ਤਾਂ ਬੱਚੇ ਖੁਸ਼ ਹੋਣੇ ਚਾਹੀਦੇ ਨੇ ਜੀ, ਜੇ ਬੱਚੇ ਖੁਸ਼ ਨੇ ਪੇਰੈਂਟਸ ਵੀ ਖੁਸ਼ ਹੁੰਦੇ ਨੇ, ਸਪੈਸ਼ਲੀ ਜੇ ਬੱਚੇ ਕੁਛ ਘਰ ਲੈ ਕੇ ਜਾਂਦੇ ਨੇ, ਕੁਛ ਸਿੱਖ ਕੇ ਜਾਂਦੇ ਨੇ, ਸੋ ਆਪਣਾ ਫੋਕਸ ਹੈਗਾ ਫਨ, ਲਰਨਿੰਗ ਤੇ ਫਰੈਂਡਸ਼ਿਪ, ਕਿਉਂਕਿ ਜੇ ਬੱਚਿਆਂ ਦੇ ਫਰੈਂਡਸ ਬਣ ਜਾਣ ਉਹ ਬਹੁਤ ਜ਼ਰੂਰੀ ਹੈ। ਕਈ ਵਾਰੀ ਸਾਨੂੰ ਲੱਗਦਾ ਮਾਮੂਲੀ ਗੱਲ ਹੈ, ਪਰ ਜਿਹੜੀ ਚੰਗੀ ਸੰਗਤ ਹੈ ਨਾ ਉਹ ਬਹੁਤ ਜ਼ਰੂਰੀ ਹੈ ਬੱਚਿਆਂ ਦੀ ਡਿਵੈਲਪਮੈਂਟ ਵਿੱਚ। ਸੋ ਜੇ ਕੋਈ ਪੇਰੈਂਟਸ ਸਾਨੂੰ ਕਹਿੰਦੇ ਨੇ ਕਿ ਅਸੀਂ ਹੋਰ ਕੈਂਪ ਵਿੱਚ ਪਾਇਆ, ਸਪੋਰਟਸ ਵਿੱਚ ਪਾਇਆ, ਅਸੀਂ ਕਿਹਾ ਕਿ ਤੁਸੀਂ ਉਹ ਸਾਰੇ ਸਮਝ